ਸਤਿ ਸ਼੍ਰੀ ਅਕਾਲ ਮੈਂ ਹਾਂ ਸਤਿੰਦਰ ਸੱਤੀ ਮੋਟੀਵੇਸ਼ਨਲ ਵੀਡੀਓਜ਼ ਦੇ ਵਿੱਚ ਜ਼ਿੰਦਗੀ 'ਚ ਹਰ ਇਨਸਾਨ ਕਈ ਤਰ੍ਹਾਂ ਦੇ ਕੰਮ ਕਰਦਾ ਹੈ ਕਈ ਤਰ੍ਹਾਂ ਦੇ ਰਿਸ਼ਤੇ ਨਿਭਾਉਂਦਾ ਹੈ ਕਈ ਤਰ੍ਹਾਂ ਦੀਆਂ ਜੀਵਨ ਦੀਆਂ ਜਾਂਚਾਂ ਸਿੱਖਦਾ ਹੈ ਕਈ ਵਾਰ ਤੁਸੀਂ ਜ਼ਿੰਦਗੀ 'ਚ ਇੰਨਾ ਉਲਝ ਜਾਂਦੇ ਹੋ ਕਨਫਿਊਜ਼ਡ ਹੋ ਜਾਂਦੇ ਹੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਜ਼ਿੰਦਗੀ 'ਚ ਕਰਨਾ ਕੀ ਹੈ ਬਹੁਤ ਸਾਰੇ ਲੋਕ ਮੇਰੇ ਕੋਲ ਆਉਂਦੇ ਨੇ ਪੁੱਛਦੇ ਨੇ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ ਵਟ ਇਜ਼ ਦਾ ਪਰਪਸ ਆਫ ਮਾਈ ਲਾਈਫ ਐਂਡ ਆਈ ਟੈਲ ਦੈਮ ਵਨ ਥਿੰਗ ਅਤੇ ਮੈਂ ਉਹਨਾਂ ਨੂੰ ਸਿਰਫ ਇੱਕੋ ਗੱਲ ਦੱਸਦੀ ਸਿੱਟ ਵਿਦ ਯੂਰ ਸੈਲਫ ਦੁਨੀਆ 'ਚ ਕੋਈ ਵੀ ਇਨਸਾਨ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਹੈ ਤੁਸੀਂ ਖੁਦ ਆਪਣੇ ਮਕਸਦ ਨੂੰ ਲੱਭਣਾ ਹੈ ਕਿਉਂਕਿ ਪਰਮਾਤਮਾ ਨੇ ਹਰ ਇਨਸਾਨ ਨੂੰ ਇਸ ਧਰਤੀ 'ਤੇ ਇੱਕ ਮਕਸਦ ਦੇ ਨਾਲ ਇੱਕ ਪਰਪਸ ਦੇ ਨਾਲ ਪੈਦਾ ਕੀਤਾ ਹੈ ਬਟ ਇਟ ਇਜ਼ ਯੂ ਹੂ ਹੈਜ਼ ਟੂ ਫਾਈਂਡ ਦਿਸ ਇਟ ਇਜ਼ ਇਨਸਾਈਡ ਯੂ ਉਹ ਕਿਧਰੇ ਤੁਹਾਡੇ ਅੰਦਰ ਹੀ ਹੈ ਪਰ ਉਸ ਪਰਪਸ ਨੂੰ ਉਸ ਮਕਸਦ ਨੂੰ ਲੱਭਣ ਦੇ ਲਈ ਤੁਹਾਨੂੰ ਆਪਣੀ ਆਵਾਜ਼ ਸੁਣਨੀ ਪਏਗੀ ਡੋਂਟ ਲਿਸਨ ਟੂ ਦ ਵਰਲਡ ਤੁਸੀਂ ਠੀਕ ਹੋ ਤੁਸੀਂ ਗਲਤ ਹੋ ਤੁਸੀਂ ਇਹ ਨਹੀਂ ਕਰ ਰਹੇ ਉਹ ਅੱਗੇ ਨਿਕਲ ਗਿਆ ਤੁਸੀਂ ਪਿੱਛੇ ਰਹਿ ਗਏ ਪਲੀਜ਼ ਸਟੌਪ ਇਟ ਬੰਦ ਕਰੋ ਕਲੋਜ਼ ਯੂਰ ਡੋਰਸ ਆਪਣੇ ਸਾਰੇ ਦਰਵਾਜ਼ੇ ਕੰਨਾਂ ਦੇ ਬੰਦ ਕਰੋ ਸਿਰਫ ਆਪਣੇ ਆਪ ਨਾਲ ਬੈਠਣਾ ਸ਼ੁਰੂ ਕਰੋ ਥੋੜ੍ਹੇ ਕੁ ਦਿਨ ਸਟਿਲ ਜਿਵੇਂ ਕੁਦਰਤ ਬਿਲਕੁਲ ਸ਼ਾਂਤ ਹੈ ਉਵੇਂ ਕਿਉਂਕਿ ਕੁਦਰਤ 'ਚ ਜੋ ਬਾਹਰ ਹੈ ਉਹ ਤੁਹਾਡੇ ਅੰਦਰ ਵੀ ਹੈ ਉਹੀ ਸਭ ਕੁਝ ਘਟਿਤ ਹੋ ਰਿਹਾ ਹੈ ਸਿਰਫ ਮਹਿਸੂਸ ਕਰਨਾ ਹੈ ਜਦੋਂ ਤੁਸੀਂ ਮਹਿਸੂਸ ਨਹੀਂ ਕਰਦੇ ਤਾਂ ਫਿਰ ਚੀਜ਼ਾਂ ਦਾ ਪਤਾ ਵੀ ਨਹੀਂ ਲੱਗਦਾ ਫਾਈਂਡ ਦਾ ਪਰਪਸ ਆਫ ਯੂਰ ਲਾਈਫ ਹਰ ਬੰਦਾ ਮਸ਼ਹੂਰ ਹੋਵੇ ਹਰ ਬੰਦਾ ਵੱਡਾ ਸਟਾਰ ਪੋਲੀਟੀਸ਼ੀਅਨ ਵੱਡਾ ਆਦਮੀ ਬਣੇ ਇਟਸ ਨੋਟ ਇੰਪੋਰਟੈਂਟ ਤੁਹਾਡਾ ਪਰਪਸ ਕੁਛ ਵੀ ਹੋ ਸਕਦਾ ਹੈ ਜ਼ਿੰਦਗੀ 'ਚ ਅਗਰ ਤੁਸੀਂ ਸਿਰਫ ਘਰ ਦਾ ਕੰਮ ਕਰਦੇ ਇਫ ਯੂ ਆਰ ਅ ਹਾਊਸ ਵਾਈਫ ਔਰ ਅਗਰ ਤੁਸੀਂ ਹਾਊਸ ਵਾਈਫ ਦਾ ਕਿਰਦਾਰ 100% ਨਿਭਾਉਂਦੇ ਹੋ ਤਾਂ ਯੂ ਕੁਡ ਬੀ ਐਕਸੀਲੈਂਟ ਹਾਊਸ ਵਾਈਫ ਤੁਹਾਡੇ ਵਰਗੀ ਮਾਂ ਹੀ ਨਾ ਦੁਨੀਆ 'ਤੇ ਹੋਵੇ ਤੁਹਾਡੇ ਵਰਗੀ ਭੈਣ ਹੀ ਦੁਨੀਆ 'ਤੇ ਨਾ ਹੋਵੇ ਤੁਹਾਡੇ ਵਰਗੀ ਪਤਨੀ ਦੁਨੀਆ 'ਤੇ ਨਾ ਹੋਵੇ ਹਾਂ ਸਾਨੂੰ ਜ਼ਿੰਦਗੀ ਦਾ ਬਲੂ ਪ੍ਰਿੰਟ ਨਹੀਂ ਮਿਲਦਾ ਕੋਈ ਨਹੀਂ ਦੱਸਦਾ ਕਿ ਜ਼ਿੰਦਗੀ ਕਿਵੇਂ ਜੀਣੀ ਹੈ ਮੇਰੇ ਮੈਂ ਆਪਣੀ ਵੀ ਗੱਲ ਕਰ ਰਹੀ ਹਾਂ ਕਿ ਕਿਸੇ ਨੇ ਮੈਨੂੰ ਨਹੀਂ ਦੱਸਿਆ ਕਿ ਕਿਵੇਂ ਜ਼ਿੰਦਗੀ ਜਿਉਣੀ ਹੈ ਬਹੁਤ ਸਾਰੀਆਂ ਗਲਤੀਆਂ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ ਪਰ ਲਰਨ ਅ ਲੈਸਨ ਫਾਈਂਡ ਅ ਪਰਪਸ ਇੱਕ ਚੀਜ਼ ਜਿਹੜੀ ਮੈਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਸ ਨੇ ਮੈਨੂੰ ਅਹਿਸਾਸ ਦਿੱਤਾ ਉਸੀ ਕਿ ਮੇਰੀ ਜ਼ਿੰਦਗੀ ਦਾ ਜਿਉਣ ਦਾ ਕੋਈ ਮਕਸਦ ਜ਼ਰੂਰ ਹੈ ਆਈ ਐਮ ਹੇਅਰ ਟੂ ਮੇਕ ਅ ਚੇਂਜ ਮੈਂ ਉਹਨਾਂ ਤਮਾਮ ਔਰਤਾਂ ਦੀ ਆਵਾਜ਼ ਬਣਨਾ ਚਾਹੁੰਦੀ ਸੀ ਜਿਹੜੀਆਂ ਕਦੀ ਕੁਝ ਬੋਲਦੀਆਂ ਹੀ ਨਹੀਂ ਸੀ ਮੈਂ ਉਹਨਾਂ ਤਮਾਮ ਔਰਤਾਂ ਦੇ ਸ਼ਬਦ ਬਣਨਾ ਚਾਹੁੰਦੀ ਸੀ ਜਿਹੜੀਆਂ ਘਰ ਰਹਿ ਕੇ ਬਹੁਤ ਕੁਛ ਲਿਖਦੀਆਂ ਸੀ ਅਤੇ ਕਵਿਤਾਵਾਂ ਕਿਧਰੇ ਉਹਨਾਂ ਦੇ ਅੰਦਰ ਹੀ ਮਰ ਜਾਂਦੀਆਂ ਸੀ ਮੈਂ ਉਹਨਾਂ ਤਮਾਮ ਸੰਸਕ੍ਰਿਤੀਆਂ ਦਾ ਰੀਪ੍ਰਜੈਂਟੇਸ਼ਨ ਕਰਨਾ ਚਾਹੁੰਦੀ ਸੀ ਮੈਂ ਆਪਣੇ ਕਲਚਰ ਦੀ ਰੀਪ੍ਰਜੈਂਟੇਸ਼ਨ ਕਰਨਾ ਚਾਹੁੰਦੀ ਸੀ ਜਿਹਦੇ 'ਤੇ ਸਾਨੂੰ ਸਭ ਔਰਤਾਂ ਨੂੰ ਮਾਣ ਤੁਸੀਂ ਔਰਤ ਹੋ ਤੁਸੀਂ ਆਦਮੀ ਹੋ ਤੁਸੀਂ ਬੱਚੇ ਹੋ ਤੁਸੀਂ ਸਟੂਡੈਂਟ ਹੋ ਬਟ ਫਾਈਂਡ ਦਾ ਪਰਪਸ ਇਨ ਯੂਰ ਲਾਈਫ ਸਿੱਟ ਵਿਦ ਯੂਰ ਸੈਲਫ ਐਂਡ ਸੇ ਥੈਂਕ ਯੂ ਗੋਡ ਅੱਜ ਦਾ ਦਿਨ ਤੂੰ ਮੈਨੂੰ ਦਿੱਤਾ ਘੱਟੋ ਘੱਟ ਮੈਨੂੰ ਇਹ ਦੱਸਿਆ ਕਿ ਮੈਂ ਆਪਣੇ ਨਾਲ ਬੈਠ ਕੇ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਲੱਭ ਸਕਦਾ ਹਾਂ ਮੈਜਿਕ ਵਿਲ ਹੈਪਨ ਜਸਟ ਸੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੈਲੀਬ੍ਰੇਟ ਲਾਈਫ